ਬਲਵਿੰਦਰ ਬੱਬੀ ਜੀ ਤੇ ਮੈਡਮ ਕੌਰ ਪੂਜਾ ਜੀ। ਅੱਛਾ ਇਕੱਠੀ ਗਾ ਲਓਗੇ ਨਾਲ। ਤੇ ਮੈਂ ਚਾਹੁੰਦਾ ਸੀ ਫਿਰ ਇੱਕ ਛੋਟਾ ਜਿਹਾ ਗੀਤ ਸਾਡਾ ਵੀਰ ਕਰਮਰਾਜ ਕਰਮਾ। ਓਕੇ ਓਕੇ ਚਲੋ ਕਰਮਰਾਜ ਕਰਮਾ ਜੀ ਤੇ ਆ ਜਾਓ ਹੁਣ ਸਟੇਜ ਤੇ ਰਲ ਮਿਲ ਕੇ ਜੀ ਆਪਾਂ ਸਾਰੇ ਇਹ ਕੁੱਲ ਮਿਲਾ ਕੇ ਆਪਾਂ ਅੱਧੇ ਇੱਕ ਘੰਟੇ ਦੇ ਵਿੱਚ ਕਿਹਦਾ ਸਾਡਾ ਜਸ ਗੁਰਾਇਆ ਜੀ ਉਹ ਵੀ ਸਟੇਜ ਤੇ ਆ ਜਾਣ ਤੇ ਉਹਨਾਂ ਦਾ ਵੀ ਆਪਾਂ ਗੀਤ ਨਾਲ ਨਾਲ ਜਿਹੜੇ ਸੱਜਣ ਕੋਈ ਰਹਿ ਗਏ ਹੈ ਔਰ ਉਹਨਾਂ ਦਾ ਵੀ ਨਾਲ ਨਾਲ ਆਪਾਂ ਗੀਤ ਸੁਣ ਲਈਏ। ਜਸ ਗੁਰਾਇਆ ਜੀ। ਹੈਲੋ ਹੋਰ ਫਿਰ ਤੁਸੀਂ ਲਗਾਤਾਰ ਲੱਗ ਰਹੇ ਹੋ ਸਾਡਾ ਕਰਮਰਾਜ ਕਰਮਾ ਕਿਉਂਕਿ ਇਹ ਵੀ ਆਪਣੀ ਡਿਊਟੀ ਛੱਡ ਕੇ ਆਏ ਹੋਏ ਆ ਔਰ ਇਹਨਾਂ ਦਾ ਆਪਣਾ ਪੇਕਾ ਪਿੰਡ ਹੈ। ਜਿੰਨੇ ਸੱਜਣ ਹੈਗੇ ਇੱਕ ਵਾਰੀ ਕਰਮਰਾਜ ਕਰਮਾ ਜੀ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ। ਲੈ ਆ ਕਰ ਥੈਂਕ ਯੂ। ਇੱਕ ਵਾਰੀ ਕਲਕਾਰੀ ਮਾਰ ਕੇ ਦੱਸ ਦਿਓ ਤੁਸੀਂ ਖੜੇ ਹੋ ਠੰਡ 'ਚ ਵੀ ਕਿਆ ਬਾਤ ਹੈ। ਆਏ ਉਹ ਜਾਉਂਦੇ ਰਹੋ ਇਹ ਹੈ ਪਿਆਰ ਪਿੰਡ ਵਾਲਿਆਂ ਦਾ ਕਿਉਂਕਿ ਜਦੋਂ ਤੱਕ ਆਪਣੇ ਘਰ 'ਚ ਪਿਆਰ ਨਹੀਂ ਮਿਲਦਾ ਕਿਤੇ ਨਹੀਂ ਮਿਲਦਾ। ਮੈਂ ਅਸ਼ੋਕ ਮਸਤੀ ਬਾਈ ਦਾ ਧੰਨਵਾਦ ਕਰਦਾ ਬਹੁਤ ਜ਼ਿਆਦਾ ਕਿਉਂਕਿ ਇਹ ਮੇਲੇ ਐਂ ਨਹੀਂ ਲੱਗਦੇ ਹੁੰਦੇ, ਬਹੁਤ ਵੱਡਾ ਸਟਰਗਲ ਹੁੰਦਾ ਇਹਦੇ ਪਿੱਛੇ। ਇੱਕ ਵਾਰੀ ਬਾਈ ਵਾਸਤੇ ਜ਼ੋਰਦਾਰ ਤਾੜੀ ਮਾਰ ਦਿਓ ਸਾਰੀ ਟੀਮ ਵਾਸਤੇ, ਸਾਰੀ ਜਿੰਨਾ ਵੀ ਕਲੱਬ ਮੈਂਬਰ ਨੇ। ਹੁਣ ਮੈਂ ਜਿਹੜਾ ਗਾਣਾ ਗਾਉਣਾ ਮੈਂ ਕਲੱਬ ਦੇ ਮੈਂਬਰਾਂ ਵਾਸਤੇ ਗਾਉਣਾ, ਸਾਰੇ ਨੱਚਣਾ ਨਾਲ ਮੇਰੇ। ਕਿਉਂ ਬੱਟੀ ਬਾਈ ਠੀਕ ਹੈ? ਕੇ ਕੇ ਬਾਂਸਲ ਬੈਠਾ ਮੇਰਾ ਵੀਰ, ਇੱਧਰ ਗੌਰਵ ਆ ਜਾਓ, ਸਾਰੇ ਅੱਗੇ ਆ ਜਾਓ, ਆ ਜਾਓ ਮਿਸ਼ੀ ਜੀ ਤੁਸੀਂ ਵੀ ਆ ਜਾਓ, ਪਹਿਲਾਂ ਚਿੱਟਾ ਪੈਰਵੀ ਥੋੜੇ ਵਾਸਤੇ ਸ਼ੇਅਰ ਹੈ ਕਿ ਪਿਆਰ ਏਕ ਸੇ ਕਰੋ, ਪਿਆਰ ਏਕ ਸੇ ਕਰੋ ਤੋ ਭੋਲਾਪਨ ਹੈ, ਪਿਆਰ ਦੋ ਸੇ ਕਰੋ। ਕਾਲੇ ਸੀਟੀਆਂ ਵੱਜਣ ਲੱਗਦੇ ਪਿੰਡ ਵਾਲੇ ਬਾਈ। ਪਿਆਰ ਦੋ ਸੇ ਕਰੋ ਤੋ ਦੀਵਾਨਾਪਨ ਹੈ, ਪਿਆਰ ਤੀਨ ਸੇ ਕਰੋ ਤੋ ਪਾਗਲਪਨ ਹੈ, ਪਿਆਰ ਚਾਰ ਸੇ ਕਰੋ ਤੋ ਕਮੀਨਾਪਨ ਹੈ। ਆ ਕਮੀਨਿਆਂ ਵਾਸਤੇ ਵੀ ਤਾੜੀ ਮਾਰ ਦੋ ਜ਼ੋਰ ਦੇ। ਯੂ ਤੋ ਹੱਸੇ ਹੋਏ ਲੜਕੋ ਕੋ ਭੀ ਗਮ ਹੋਤਾ ਹੈ, ਯੂ ਤੋ ਹੱਸਤੇ ਹੋਏ ਲੜਕੋ ਕੋ ਭੀ ਗਮ ਹੋਤਾ ਹੈ, ਪਰ ਕੱਚੀ ਉਮਰ ਮੇ ਤਜਰਬਾ ਥੋੜਾ ਕਮ ਹੋਤਾ ਹੈ। ਜੇ ਪਿਆਰ ਹੀ ਕਰਨਾ ਹੈ ਸਾਡੇ ਬਜ਼ੁਰਗਾਂ ਦਾ ਸਿੱਖੋ। ਆਏ ਮੇਰਾ ਸੁਨੀਲ ਵੀਰ ਗੁਰਲਾਲ ਬਾਈ, ਕਿਉਂਕਿ ਵਰਿੰਦਰ ਵਕੀਲ ਜੀ ਸਾਡੇ ਪਿਓ ਦੇ ਸਮਾਨ ਨੇ, ਉਹ ਬੈਠੇ ਸੀ, ਚਲੇ ਗਏ ਸ਼ਾਇਦ। ਆਹਾ ਬਾਬਾ ਬੈਠਾ ਪਿੱਛੇ, ਆਏ ਹਾਏ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕੌਣ ਕਹਿਤਾ ਹੈ ਕਿ ਬੂੜੇ ਇਸ਼ਕ ਨਹੀਂ ਕਰਤੇ, ਕਰਦੇ ਵੀ ਨੇ, ਐਂ ਜੇ ਕਰਕੇ ਹੱਥ ਜਿਹਾ ਫੇਰ ਜਾਂਦਾ। ਕੌਣ ਕਹਿਤਾ ਹੈ ਕਿ ਬੂੜੇ ਇਸ਼ਕ ਨਹੀਂ ਕਰਤੇ, ਕਰਤੇ ਤੋ ਹੈ ਲੇਕਿਨ ਲੋਕ ਇਨ ਪਰ ਸ਼ੱਕ ਨਹੀਂ ਕਰਤੇ। ਇਹਨਾਂ ਦਾ ਜਵਾਬ ਸੁਣੋ, ਬਜ਼ੁਰਗਾਂ ਦਾ ਜਵਾਬ, ਕਿਉਂਕਿ ਬਜ਼ੁਰਗ ਸਾਡਾ ਸਰਮਾਇਆ ਨੇ, ਇਹਨਾਂ ਦੇ ਆਸ਼ੀਰਵਾਦ ਸਦਕਾ ਅਸੀਂ ਲੰਬੀਆਂ ਲੰਬੀਆਂ ਪਲੰਘਾਂ ਪੜਦੇ ਹਾਂ। ਸੋ ਇੱਕ ਵਾਰੀ ਜਿਹੜੇ ਵੀ ਆਪਣੇ ਮਾਂ ਬਾਪ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜਿਹੜੇ ਪਿਆਰ ਕਰਦੇ ਨੇ। ਹਾਏ ਹਾਏ ਹਾਏ। ਕੌਣ ਕਹਿਤਾ ਹੈ, ਕੌਣ ਕਹਿਤਾ ਹੈ ਕਿ ਬੂੜੋ ਮੇ ਇਸ਼ਕ ਕਾ ਸਿਲਸਿਲਾ ਨਹੀਂ ਹੋਤਾ, ਆਮ ਤਬ ਤੱਕ ਮੀਠਾ ਨਹੀਂ ਹੋਤਾ ਜਬ ਤੱਕ ਕਿ ਪਿਲਪਿਲਾ ਨਹੀਂ ਹੋਤਾ। ਆਏ ਹਾਏ ਹਾਏ ਵੀਰੋ, ਤਾਲੀ ਮਾਰ ਦਿਓ ਯਾਰ ਤੁਸੀਂ ਵੀ, ਤੁਹਾਡੇ ਪਿੰਡ ਦਾ ਮੁੰਡਾ ਖੜਾ ਉੱਥੇ। ਆਏ ਹਾਏ ਹਾਏ। ਹੋ ਜੇ ਨੱਚਣੇ ਨੂੰ ਦਿਲ ਕਰਦਾ ਏ,
ਪੰਜਾਬ ਦੇ ਮੈਂਬਰ ਪਲੀਜ਼। ਨੱਚਣੇ ਨੂੰ ਦਿਲ ਕਰਦਾ ਜੇ ਨੱਚਣੇ ਨੂੰ ਦਿਲ ਕਰਦਾ ਏ ਤਾਂ ਤੋਂ ਗੱਲ ਕਹਾਈ ਨੀ ਆ ਜਾਇਆ ਪਾ ਨੀ ਆ ਜਾਇਆ ਪਾ ਨੀ ਆ ਜਾਇਆ ਪਾ ਦੋਵੇਂ ਨੱਚੀਏ ਨੱਚੀਏ ਭੈਣ ਤੇ ਭਾਈ ਨੀ ਆ ਜਾਇਆ ਪਾ ਦੋਵੇਂ ਨੱਚੀਏ ਨੱਚੀਏ ਤੇ ਹੋਰ ਪਰ ਜਾਈ ਨੀ ਆ ਜਾਇਆ ਪਾ ਦੋਵੇਂ ਨੱਚੀਏ ਨੱਚੀਏ ਤੇ ਹੋਰ ਪਰ ਜਾਈ ਨੀ ਆ ਜਾਇਆ ਪਾ ਦੋਵੇਂ ਨੱਚੀਏ ਹੈਲੋ ਆਓ ਜੀ ਅਨਿਲ ਕੁਮਾਰ ਗਰਗ ਜੀ ਮਾਣ ਕਰਕੇ ਨੇ ਵਕੀਲ ਸਾਹਿਬ ਆ ਜਾਓ ਉੱਪਰ ਵਕੀਲ ਸਾਹਿਬ ਕਿੱਥੇ ਨੇ ਸੂਹੇ ਵਿੱਚ ਚੀਰੇ ਵਾਲਿਆ ਮੈਂ ਕਹਿੰਦੀ ਆ ਸੂਹੇ ਵਿੱਚ ਚੀਰੇ ਵਾਲਿਆ ਮੈਂ ਕਹਿੰਦੀ ਆ ਕਰ ਛਤਰੀ ਦੀ ਛਾਂ ਮੈਂ ਛਾਵੇਂ ਬਹਿੰਦੀ ਆ ਕਰ ਛਤਰੀ ਦੀ ਛਾਂ ਮੈਂ ਛਾਵੇਂ ਬਹਿੰਦੀ ਆ ਕਰ ਛਤਰੀ ਦੀ ਛਾਂ ਮੈਂ ਛਾਵੇਂ ਬਹਿੰਦੀ ਆ ਕਾਲਾ ਕਹਿੰਦਾ ਹੱਥ ਨਾਲ ਹੀ ਹੋਰ ਕੀ ਲਾਵਾਂ ਜੇ ਨੱਚਣੇ ਨੂੰ ਦਿਲ ਕਰਦਾ ਏ ਹੋ ਜੇ ਨੱਚਣੇ ਨੂੰ ਦਿਲ ਕਰਦਾ ਏ ਅਨਿਲ ਮੇਰਾ ਵੀਰ ਆ ਗਿਆ ਹਾਂ ਕਾਹਤੋਂ ਗੱਲ ਕਹਾਈ ਨੀ ਆ ਜਾਇਆ ਪਾ ਦੋਵੇਂ ਨੱਚੀਏ ਨੱਚੀਏ ਤੇ ਹੋਰ ਪਰ ਜਾਈ ਨੀ ਆ ਜਾਇਆ ਪਾ ਦੋਵੇਂ ਨੱਚੀਏ ਨੱਚੀਏ ਤੇ ਹੋਰ ਪਰ ਜਾਈ ਨੀ ਆ ਜਾਇਆ ਪਾ ਦੋਵੇਂ ਨੱਚੀਏ ਨੱਚੀਏ ਤੇ ਹੋਰ ਪਰ ਜਾਈ ਨੀ ਆ ਜਾਇਆ ਪਾ ਦੋਵੇਂ ਨੱਚੀਏ ਆ ਜਾ ਬੇਟਾ ਡਿੰਪਲ ਕਿਆ ਬਾਤ ਹੈ ਓਕੇ ਮਣਕੇ ਮਣਕੇ ਗੱਲ ਚਾਂਦੀ ਦੇ ਰੁਪਈਏ ਮੰਗੂ ਟਣ ਕੇ ਗੱਲ ਚਾਂਦੀ ਦੇ ਰੁਪਈਏ ਮੰਗੂ ਜਾਣ ਕੇ ਝਾਂਜਰ ਮਿੱਤਰਾਂ ਦੀ ਨਾ ਲੈ ਕੇ ਸੱਜਣੇ ਦਾ ਛਣ ਕੇ 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 ਡਿੰਪਲ ਮੇਰਾ ਵੀਰ ਕਿਆ ਬਾਤ ਹੈ ਆ ਜਾ ਆ
ਠੱਗੀਆਂ ਠੱਗੀਆਂ ਯਾਰੀ ਲਾ ਕੇ ਮਾਰਦੇ ਠੱਗੀਆਂ ਯਾਰੀ ਲਾ ਕੇ ਮਾਰਦੇ ਠੱਗੀਆਂ ਅਮਲੀ ਦੀ ਫੀਮ ਮੰਗਰਾ ਫੀਮ ਮੰਗਰਾ ਅੱਖਾਂ ਯਾਰ ਦੇ ਨਸ਼ੇ ਤੇ ਲੱਗੀਆਂ 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 ਉਹ ਬੱਲੇ ਬੱਲੇ ਉਹ ਬੱਲੇ 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 ਉਹ ਬੱਲੇ ਬੱਲੇ ਕੇ ਅੱਖ ਨਾਲੇ ਗੱਲ ਕਰ ਗਈ ਬੱਲੇ ਬੱਲੇ ਕੇ ਅੱਖ ਨਾਲੇ ਗੱਲ ਕਰ ਗਈ ਪੱਲਾ ਮਾਰ ਕੇ ਬੁਝਾ ਗਈ ਦੀਵਾ ਅੱਖ ਨਾਲੇ ਗੱਲ ਕਰ ਗਈ ਪੱਲਾ ਮਾਰ ਕੇ ਬੁਝਾ ਗਈ ਦੀਵਾ ਅੱਖ ਨਾਲੇ ਗੱਲ ਕਰ ਗਈ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਕੇ ਹਾਲੀਆਂ ਨੇ ਹਾਲੀ ਟਕਲੇ ਬੱਲੇ ਬੱਲੇ ਕੇ ਹਾਲੀਆਂ ਨੇ ਹਾਲੀ ਟਕਲੇ ਤੇਰੇ ਲੌਂਗ ਦਾ ਪਿਆਲ ਸ਼ਿਕਾਰਾ ਹਾਲੀਆਂ ਨੇ ਹਾਲੀ ਟਕਲੇ ਤੇਰੇ ਲੌਂਗ ਦਾ ਪਿਆਲ ਸ਼ਿਕਾਰਾ ਹਾਲੀਆਂ ਨੇ ਹਾਲੀ ਟਕਲੇ ਉਹ ਬਾਰੀ ਬਰਸੀ ਕੱਟਣ ਗਿਆ ਸੀ ਕਟਕ ਲਿਆਂਦਾ ਪੂਰਾ ਹੁਣ ਮੈਨੂੰ ਮਾਫ ਕਰੋ ਸੌਰੀ ਕਿਉਂਕਿ ਹਲੇ ਹੋਰ ਵੀ ਕਲਾਕਾਰ ਬੈਠੇ ਨੇ ਮੇਲਾ ਬਹੁਤ ਦੂਰ ਚੱਲ ਚੱਲਣਾ ਸਾਡਾ ਟਾਈਮ ਹੋ ਗਿਆ ਪੂਰਾ ਵੇ ਹੁਣ ਸਾਨੂੰ ਮਾਫ ਕਰੋ ਉਹ ਟਾਈਮ ਹੋ ਗਿਆ ਪੂਰਾ ਵੇ ਹੁਣ ਸਾਨੂੰ ਮਾਫ ਕਰੋ ਉਹ ਟਾਈਮ ਹੋ ਗਿਆ ਪੂਰਾ ਵੇ ਹੁਣ ਸਾਨੂੰ ਮਾਫ ਕਰੋ ਉਹ ਟਾਈਮ ਹੋ ਗਿਆ ਪੂਰਾ ਵੇ ਹੁਣ ਸਾਨੂੰ ਮਾਫ ਕਰੋ ਕਿਉਂਕਿ ਆਪਕੇ ਨਜ਼ਰੋ ਕਰਮ ਨੇ ਬਹੁਤ ਕੁਛ ਸਿਖਾ ਦਿਆ ਮੇਰੀ ਬਰਾਜ ਜ਼ਿੰਦਗੀ ਕੋ ਜੈਸੇ ਹਸਾ ਦਿਆ ਸ਼ੁਕਰ ਗੁਜ਼ਾਰ ਹੂੰ ਉਸ ਖੁਦਾ ਕਾ ਜਿਸ ਨੇ ਮੁਝੇ ਆਪ ਜੈਸੇ ਸ਼ਰੋਤਾਓ ਸੇ ਮਿਲਾ ਦਿਆ ਲਵ ਯੂ ਲਵ ਯੂ ਜਿਉਂਦੇ ਰਹੋ ਇੱਕ ਵਾਰੀ ਚੀਕਾਂ ਮਾਰ ਕੇ ਦੱਸੋ